ਸੀ। ਸਾਡੇ ਕੋਲ ਵਰਾਇਟੀ ਦੀ ਕੋਈ ਕਮੀ ਨਹੀਂ। ਇੱਕ ਕਹਿ ਲਓ ਸਮੁੰਦਰ ਆ, ਜਿੰਨੀ ਮਰਜ਼ੀ ਕੁਆਂਟਿਟੀ ਲੈ ਲਓ, ਜਿਹੋ ਜਿਹੀ ਮਰਜ਼ੀ ਵਰਾਇਟੀ ਲੈ ਲਓ, ਸਸਤੀ ਤੋਂ ਸਸਤੀ, ਵਧੀਆ ਤੋਂ ਵਧੀਆ, ਜਿਹੋ ਜਿਹਾ ਕੁਛ ਕਹੋਗੇ ਉਹ ਜਿਹਾ ਕੁਛ। ਕੁੜਤੀ ਦਾ ਪੀਸ ਮਿਲੂਗਾ ਤੁਹਾਨੂੰ ਸਿਰਫ 150 ਰੁਪਏ ਦੀ ਰੇਂਜ। ਇਹੀ ਮਾਰਕੀਟ ਦੇ ਵਿੱਚ 600-600 ਰੁਪਏ ਸੇਲ ਹੋ ਰਿਹਾ, ਅਸੀਂ ਤੁਹਾਨੂੰ 600 ਦੇ ਦੋ ਦੇ ਦੇਣੇ ਨੇ। ਵਾਈਟ ਕੁੜਤਾ ਪਜਾਮਾ ਲੈ ਕੇ ਆਉਣੇ ਭਾਈਆਂ ਵਾਸਤੇ ਜੀ, ਜਿਹੜਾ ਕੁੜਤਾ ਪਜਾਮਾ ਓਰੀਜਨਲ OCM ਦਾ ਜੀ। ਮੈਂ ਤੁਹਾਨੂੰ ਇਹ ਵੀ ਚੈਲੰਜ ਕਰਕੇ ਵੇਚ ਰਿਹਾ ਵੀ ਇਹ ਲੋਕਾਂ ਨੇ ਕਹਿਣਾ ਵੀ ਇਹਨਾਂ ਸਸਤਾ ਵੇਚ ਰਿਹਾ, ਡੁਪਲੀਕੇਟ ਹੋਊਗਾ। ਮੈਂ ਵੀ ਨਾਲ ਕਹਿ ਰਿਹਾ ਵੀ ਜਿਹੜੇ ਮੇਰੇ ਵੀਰ ਨੂੰ 2 ਲੱਖ ਰੁਪਏ ਵੀ ਚਾਹੀਦਾ ਉਹ ਡੁਪਲੀਕੇਟ ਸਾਬਤ ਕਰਕੇ ਆਪਣਾ ਨਾਮ ਲੈ ਜਾਵੇ। ਕੁੜਤਾ ਪਜਾਮਾ ਮੈਂ ਰੱਖ ਲੂੰ, 2 ਲੱਖ ਤੁਸੀਂ ਰੱਖ ਲਿਓ। ਜਿਹੜਾ ਤੁਹਾਨੂੰ ਇਹਦੀ ਰੇਂਜ ਪੈਣੀ ਸਿਰਫ 650 ਰੁਪਏ ਦੀ ਰੇਂਜ, ਠੀਕ ਹੈ ਜੀ। ਇਹ ਤੁਹਾਨੂੰ ਮੈਂ ਆਪਣੇ ਕਸਟਮਰਾਂ ਨੂੰ ਇੰਸ਼ੋਰੈਂਸ ਕਰਕੇ ਦਊਂਗਾ ਜੀ। ਜਿਵੇਂ ਆਹ ਸੂਟ ਆ, 5 ਮੀਟਰ ਸੂਟ ਚਿੜੀਆਂ ਵਾਲਾ ਔਰ ਮਸਲੀਨ ਕੋਟਨ ਦਾ ਦੁਪੱਟਾ ਲੱਗਿਆ ਹੋਇਆ, ਮਾਰਕੀਟ ਦੇ ਵਿੱਚ ਇਹਦਾ ਨੋਰਮਲ ਰੇਟ 850-800 ਰੁਪਏ ਆ ਜੀ। ਅਸੀਂ ਤੁਹਾਨੂੰ ਸੂਟ ਦੇਣਾ ਸਿਰਫ 400 ਰੁਪਏ ਦੇ ਵਿੱਚ। ਜਿਹੜੀ ਇਹ ਫੁਲਕਾਰੀ ਦਾ ਰੇਟ ਆ ਮਾਰਕੀਟ ਦੇ ਵਿੱਚ 1500, ਕੋਈ 1800, ਕੋਈ 1700 ਇੱਦਾਂ ਦੇ ਰਿਹਾ, ਲੇਕਿਨ ਜਿਹੜੀ ਸਾਡੀ ਦੁਕਾਨ ਦਾ ਰੇਟ ਆ ਉਹ ਤੁਹਾਨੂੰ ਸਿਰਫ 490 ਰੁਪਏ ਦੀ ਰੇਂਜ 'ਚ ਮਿਲਣੀ। ਬਹੁਤ ਹੀ ਜ਼ਿਆਦਾ ਪਿਆਰੀ ਆਈਟਮ ਆ ਜੀ। ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈ 2000-2500 ਰੁਪਏ ਜੀ, ਠੀਕ ਆ ਜੀ। ਤੁਹਾਡੀ ਦੁਕਾਨ 'ਤੇ ਕਿੰਨਾ? 850 ਰੁਪਏ ਜੀ। ਹੈਂਡਵਰਕ ਦਾ ਤੁਸੀਂ ਚੈੱਕ ਕਰ ਸਕਦੇ ਹੋ, ਹੈਂਡਵਰਕ ਦਾ ਕੰਮ ਹੋਇਆ, ਚਨੌਨ ਦਾ ਦੁਪੱਟਾ ਲੱਗਿਆ ਹੋਇਆ 2.5 ਮੀਟਰ ਦਾ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ, ਮੈਂ ਹਾਂ ਰਮਨਪ੍ਰੀਤ ਕੌਰ। ਅੱਜ ਅਸੀਂ ਪਹੁੰਚੇ ਹਾਂ ਸਮਰਾਲੇ ਅਤੇ ਮੂਹਰੇ ਆ ਰਿਹਾ ਜੀ ਸਾਉਣ ਦਾ ਮਹੀਨਾ, ਅਤੇ ਰਿਤੂ ਕਲੋਥ ਹਾਊਸ ਐਂਡ ਗਾਰਮੈਂਟਸ ਦੀ ਦੁਕਾਨ 'ਤੇ ਧੜਾ ਧੜ ਕੱਪੜਾ ਵਿਕ ਰਿਹਾ ਹੈ ਜੀ। ਬਹੁਤ ਸੋਹਣੇ ਸੋਹਣੇ ਨਵੇਂ ਨਵੇਂ ਸੂਟ ਆਏ ਹੋਏ ਨੇ, ਅਤੇ ਸਾਉਣ ਦੇ ਮਹੀਨੇ ਵਿੱਚ ਕੁੜੀਆਂ ਨੂੰ ਉਡੀਕ ਹੁੰਦੀ ਆ ਆਪਣੇ ਪੇਕਿਆਂ ਦੀ, ਕਿਉਂਕਿ ਉਹਨਾਂ ਨੂੰ ਸੰਧਾਰਾ ਮਿਲਣਾ ਹੁੰਦਾ ਅਤੇ ਇਹਦਾ ਬੜਾ ਚਾਅ ਹੁੰਦਾ ਉਹਨਾਂ ਨੂੰ, ਅਤੇ ਫਿਰ ਉਹਦੇ ਵਿੱਚ ਪੈਂਦੀ ਹੈ ਲੋੜ ਸੋਹਣੇ ਸੋਹਣੇ ਸੂਟਾਂ ਦੀ, ਅਤੇ ਖੁਸ਼ੀ 'ਚ ਗਾਉਂਦੀਆਂ ਨੇ, ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ, ਜੁਗ ਜੁਗ ਜੀ ਭਾਬੋ ਲੱਗੇ ਵੀਰ ਤੋਂ ਪਿਆਰੀ। ਆ ਜਾਓ ਫਿਰ ਕਰੀਏ ਸੰਧਾਰੀ ਦੀ ਤਿਆਰੀ। ਸਾਡੇ ਨਾਲ ਮੌਜੂਦ ਨੇ ਰਿਤੂ ਕਲੋਥ ਹਾਊਸ ਐਂਡ ਗਾਰਮੈਂਟਸ ਦੇ ਓਨਰ ਤਰੁਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਨਵੀਂ ਨਵੀਂ ਕੀ ਵਰਾਇਟੀ ਆਈ ਹੈ ਇਹਨਾਂ ਕੋਲ। ਸਰ, ਸਭ ਤੋਂ ਪਹਿਲਾਂ ਤਾਂ ਹੁਣ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ, ਅਤੇ ਕੀ ਨਵੀਂ ਵਰਾਇਟੀ ਹੈ ਤੁਹਾਡੇ ਕੋਲ ਸੂਟਾਂ ਬਾਰੇ? ਬਹੁਤ ਕੁਛ ਆਇਆ ਜੀ, ਜਿਵੇਂ ਆਪ ਹੁਣ ਤੁਹਾਨੂੰ ਪਤਾ ਮੂਹਰੇ ਰੱਖਣੀਆਂ ਤਿਉਹਾਰ ਆ, ਔਰ ਹੋਲਸੇਲਰ ਨੂੰ ਵੀ ਹੁਣ ਅਗਰ ਸਟੋਕ ਕਰਨਗੇ ਤਾਂ ਉਹ ਰੱਖਣੀਆਂ ਦਿਨਾਂ 'ਚ ਵੇਚ ਸਕਦੇ। ਸਾਡੇ ਕੋਲ ਪਾੜਾ, ਸਿਲਕ, ਕੋਟਨ ਜੋ ਮਰਜ਼ੀ ਲੈ ਲਓ, ਹਰੇਕ ਚੀਜ਼ ਅਵੇਲੇਬਲ ਆ ਗਈ। ਅੱਜ ਜਿਹੜੀ ਰੇਂਜ ਤੁਹਾਨੂੰ ਮੈਂ ਸਟਾਰਟਿੰਗ ਕਰਨ ਲੱਗਿਆ 150 ਰੁਪਏ ਤੋਂ ਉਸ ਕੁੜਤੀ ਸਟਾਰਟ ਕਰੂੰਗਾ। ਉਹ ਜਿਹੜੀ ਕੁੜਤੀ ਵੀ ਆ ਉਹ ਡਿਜੀਟਲ ਦੇ ਵਿੱਚ ਹੋਏਗੀ, ਯਾਨੀ ਸਾਰੀਆਂ ਆਈਟਮਾਂ ਕਰੂੰਗਾ, ਯੂਨੀਕ ਚੀਜ਼ਾਂ ਕਰੂੰਗਾ। ਆਪਾਂ ਸ਼ੁਰੂਆਤ ਕਰਦੇ ਹਾਂ ਫਿਰ ਸੂਟਾਂ ਤੋਂ, ਹੁਣ ਦੇ ਨਾਲ ਦੀ ਨਾਲ ਤੁਹਾਨੂੰ ਸਵਾਲ ਪੁੱਛਾਂਗੇ ਕੁਝ। ਬਿਲਕੁਲ ਜੀ, ਬਿਲਕੁਲ। ਪਹਿਲਾਂ ਸਟਾਰਟਿੰਗ ਕਰੂੰਗਾ ਜੀ ਅੱਜ ਮੈਂ ਕੁੜਤੀ ਤੋਂ ਜੀ। ਜਾਮ ਦੀ ਕੁੜਤੀ ਹੈ ਜੀ, ਓਰੀਜਨਲ ਜਾਮ ਦੀ ਡਿਜੀਟਲ। ਆਹ ਫਰੰਟ ਆ ਜਾਏਗਾ ਜੀ, ਇਸੇ ਤਰ੍ਹਾਂ ਡਿਜੀਟਲ ਇਹਦੀ ਬੈਕ ਆ ਜਾਏਗੀ ਜੀ। ਕੁੜਤੀ ਦਾ ਪੀਸ ਮਿਲੂਗਾ ਤੁਹਾਨੂੰ ਸਿਰਫ 150 ਰੁਪਏ ਦੀ ਰੇਂਜ। ਕਲਰ ਡਿਜ਼ਾਇਨ ਇਹਦੇ ਵਿੱਚ ਤੁਹਾਨੂੰ 3-3, 4-4 ਮਿਲ ਜਾਣਗੇ। ਆਹ ਦੇਖੋ ਜੀ, ਜਿਵੇਂ ਗ੍ਰੀਨ ਕਲਰ, ਲਾਈਮਨ ਕਲਰ ਔਰ ਔਰੇਂਜ ਕਲਰ, ਇਸ ਤਰ੍ਹਾਂ ਦੇ ਤੁਹਾਨੂੰ ਸ਼ੇਡ ਮਿਲਣਗੇ। ਬਾਕੀ ਕੁਆਂਟਿਟੀ ਜਿੰਨੀ ਮਰਜ਼ੀ ਲਓ। ਜਿਹੜੀ ਇਹ ਸਟੋਕ ਆ ਮੇਰੇ ਕੋਲ ਲਿਮਿਟਡ ਆ, ਕਿਉਂਕਿ ਟ੍ਰੈਂਡ ਚੇਂਜ ਹੁੰਦਾ ਰਹਿੰਦਾ, ਚੀਜ਼ ਨਵੀਂ ਨਵੀਂ ਆਉਂਦੀ ਰਹਿੰਦੀ ਆ। ਜਲਦੀ ਤੋਂ ਜਲਦੀ ਵਿਜ਼ਿਟ ਆਓ, ਜੇ ਤੁਸੀਂ ਇਹ ਚੀਜ਼ ਦਾ ਫਾਇਦਾ ਲੈਣਾ ਤਾਂ ਜਲਦੀ ਤੋਂ ਜਲਦੀ ਦੁਕਾਨ 'ਤੇ ਵਿਜ਼ਿਟ ਕਰੋ, ਤਾਂ ਕਿ ਤੁਹਾਨੂੰ ਚੀਜ਼ ਮਿਲ ਸਕੇ। ਬਾਕੀ ਇਹ ਸਾਡੀ ਸਟਾਰਟਿੰਗ ਰੇਂਜ ਸੀਗੀ, ਇਸ ਤੋਂ ਬਾਅਦ ਜਿਹੜੀ ਤੁਹਾਨੂੰ ਦਿਖਾਊਂਗਾ ਮੈਂ ਰਿਓਨ, ਜਿਵੇਂ ਮੇਰੀਆਂ ਭੈਣਾਂ ਘਰੇ ਕੰਮ ਕਰਦੀਆਂ ਨੇ, ਰਿਓਨ ਦਾ ਸੂਟ ਉਹਨਾਂ ਨੂੰ 350-350 ਰੁਪਏ ਦਾ ਮਿਲ ਰਿਹਾ। ਕੋਈ ਇਸ ਨੂੰ 1.5 ਮੀਟਰ ਪੰਨੇ ਵਾਲਾ ਕੱਪੜਾ, ਇਹ ਪੂਰਾ ਸੂਟ ਤੁਹਾਨੂੰ ਦਊਂਗਾ ਜੀ ਮੈਂ ਸਿਰਫ 220 ਰੁਪਏ ਦੀ ਰੇਂਜ ਸਾਡੀ। ਹਾਂ, ਇੱਕ ਚੀਜ਼ ਹੈ, ਤੁਸੀਂ ਸਾਡੇ ਕੋਲ ਸੂਟ ਚਾਹੇ ਇੱਕ ਇੱਕ ਸਿੰਗਲ ਸਿੰਗਲ ਕਰਕੇ ਲੈ ਲਓ, ਅਗਰ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜਾ ਲੈਣਾ ਉਹਨਾਂ ਨੂੰ ਮਿਨੀਮਮ ਰਿਕੁਆਇਰਮੈਂਟ 10 ਸੂਟਾਂ ਦੀ ਹੋਏਗੀ ਜੀ। ਮਤਲਬ ਇੱਕੋ ਸਟੱਫ ਦੇ ਵਿੱਚ 10 ਸੂਟ ਲੈ ਸਕਦੇ ਨੇ ਉਹ। 220 ਰੁਪਏ ਦੀ ਰੇਂਜ ਸੂਟ ਲੱਗੂਗਾ ਜੀ ਰਿਓਨ ਦਾ। ਇਹਦੇ ਵਿੱਚ ਕਲਰ ਚਾਰਟ ਜਿੰਨੇ ਮਰਜ਼ੀ ਕਟਾਓ, ਚਾਹੇ ਇੱਕ ਰੰਗ ਦਾ ਇੱਕ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਸਾਨੂੰ ਇਹ ਹੋਵੇਗੀ ਹਾਂ ਵੇਚਣ ਵਾਲਾ ਗਾਹਕ ਹੈ ਉਹ 10 ਸੂਟ ਲੈ ਕੇ ਜਾ ਰਿਹਾ ਜੀ। ਸਰ, ਤੁਸੀਂ ਕਲਰ ਦਿਖਾਇਆ ਹੁਣ, ਇਹਦਾ ਕਾਫੀ ਲਾਈਟ ਆ, ਅਤੇ ਕਈ ਵਾਰੀ ਨਾ ਕਸਟਮਰਸ ਦੇ ਮਨ 'ਚ ਇਹ ਬੜਾ ਹੁੰਦਾ ਕਿ ਪਹਿਲਾਂ ਹੀ ਸਾਨੂੰ ਇੰਨਾ ਲਾਈਟ ਕਲਰ ਮਿਲ ਰਿਹਾ ਅਤੇ ਵਾਸ਼ ਕਰਕੇ ਕਿਤੇ ਹੋਰ ਨਾ ਲਾਈਟ ਹੋ ਜਾਵੇ। ਕੁਛ ਨਹੀਂ ਹੁੰਦਾ ਜੀ, ਇਹਨੂੰ ਰਿਓਨ ਆ, ਜਿਹੜੇ ਬੰਦੇ ਨੇ ਸਟੱਫ ਵਰਤ ਲਿਆ ਉਹ ਦੁਬਾਰਾ ਲੈ ਕੇ ਜਾਂਦਾ, ਕਿਉਂਕਿ ਗਰਮੀਆਂ ਦੇ ਵਿੱਚ ਠੰਡਾ ਕੱਪੜਾ ਰਹਿੰਦਾ ਇਹ ਔਰ ਕੁਆਲਿਟੀ ਬਹੁਤ ਅੱਛੀ ਹੁੰਦੀ ਆ। ਬਾਕੀ ਜਿਹੜਾ ਇੱਕ ਵਾਰ ਲੈ ਕੇ ਜਾਂਦਾ ਉਹ ਸ਼ਰਟਾਂ ਫਰੋਕਾਂ ਵਗੈਰਾ ਤੁਸੀਂ ਦੇਖਿਆ, ਅੱਜ ਕੱਲ੍ਹ ਕੁੜੀਆਂ ਦੇ ਫਰੋਕਾਂ ਵਗੈਰਾ ਪਾਈਆਂ ਹੁੰਦੀਆਂ, ਉਹ ਇਸੇ ਕੱਪੜੇ ਦੀਆਂ ਬਣਦੀਆਂ ਨੇ ਜੀ। ਜੋ ਇਹ ਸਟੱਫ ਆ ਹਨ ਅਨੁਸਾਰ ਕੱਪੜਾ ਉਹ ਠੰਡਾ ਰਹਿੰਦਾ। ਕੁੜਤੀਆਂ ਹੁਣੇ ਤੁਸੀਂ ਦਿਖਾ ਰਹੇ ਹੋ, ਇਹਦੇ ਵਿੱਚ ਕੋਈ ਹੋਰ ਨਵਾਂ ਬ੍ਰਾਂਡਡ ਆਈਟਮਸ ਵੀ ਆਈਆਂ ਨੇ? ਬਹੁਤ ਕੁਛ ਆਇਆ ਜੀ, ਸੂਟ ਸਾਟ ਮੇਰੇ ਤੁਹਾਨੂੰ ਪਹਿਲਾਂ ਤੁਹਾਨੂੰ ਪ੍ਰਿੰਟ ਆਈਟਮਾਂ ਨਿਗਾਹ ਕਰਾ ਦੇਵਾਂ ਔਰ ਤੁਹਾਨੂੰ ਲਾਈਨ ਵਾਈਜ਼ ਸਾਰੀਆਂ ਤੁਹਾਨੂੰ ਨਿਗਾਹ ਕਰਾਉਂਦਾ ਜਾਊਂਗਾ ਜੀ ਮੈਂ।
अगली आइटम आ देखो जी, कैमरिक का सूट है जी, यह डिजाइनिंग ये वक्ो वक्री आ। हाँ तुम मेरे को स्क्रीनशॉट लैके आ जाओ, दस दिन बाद भी मैं यही डिजाइन चाहिए, थोड़ा कपड़ा सेम दे दूंगा, लेकिन डिजाइनिंग हर बार चेंज होती रहती है जी, क्योंकि हरेक चीज़ का ट्रेंड आ। हुण हरेक लोग ने आप कहने चलता पानी ही वधिया लगता हूँ, अगर मैं एको चीज़ बेची जाऊँगा तो लोगों ने कहना एको चीज़ इको क्वालिटी इको प्रिंट ने इन्हों को। हर बार थोड़ा डिजाइनिंग यदि वक्ो वक्री मिलेगी जी, स्टब हमें हर टाइम अवेलेबल होएगा जी। चाहे यूट्यूब की वीडियो देख के लोगों को कोई ना कोई प्रिंट पसंद आया तो जो आएंगे, मेरा मतलब है कि कुछ दिन बाद अगर वो आए तो उन्होंने सेम प्रिंट मिल जाएगा कि तुहाडे को खत्म हो जाएंगे वो? मैडम जी जो जल्दी तो जल्दी आएंगे तो मिल जाएगा, जिम्मे मान लो इस टाइम मेरे को एक नाल 100 सूट पे ने, लेकिन इन्हें भी मनियाद आ किसी टाइम इन्होंने खत्म होना, नवी वरायटी आनी है, इस करके जल्दी तो जल्दी विजिट कर। नहीं है भी 15 दिन बाद मेरे को सेम प्रिंट मंगो, फिर उस डिजाइनिंग होर तुम्हें दे दूंगा, चीज़ तुम्हें कपड़ा दे दूंगा, रेट यही दे दूंगा, सारा कुछ मिल जूगा जी। बाकी तुम जल्दी तो जल्दी विजिट करो तो जो तुम्हें चीज़ा मिल सकन जी। आ देखो टाइगर प्रिंट की बहुत डिमांड है मार्केट के 500 रुपये सूट सेल हो रहा जी, जितने मर्जी अभी तुम्हें 500 रुपये दो दे देने, 250 रुपये सूट पै गया जिम्मे मर्जी बेचो, 300 बेचो, 350 बेचो, कस्टमर ने अपने वह देखना। साढ़े को बुटीक वाली जिम्मे जो घर काम कर दी लेडीज वो कपड़ा लेके जा रहे हैं और खुश ने और रिपीट आ रहा है साढ़े को। तरुण जी कई बार इदा होंगे कि शोरूम तो कपड़े ले दी लोगों को तसली होंगी है तो वो सोचते हैं कि कोई आम दुकान तो लीए तो फिर सानू इन्नी सैटिस्फैक्शन नहीं मिल रही, कि वो तसली तुहाडे वल्लों दित्ती जा रही है पूरी? देखो जी मैं तुम्हें यही कहना जो तुम शोरूम के डबल पैसे दे के आने अभी हाफ रेट देते चीज़ लेनी है, चीज़ तुम्हें उही मिलनी है, बस उत्थे की हुंदा भी आप कहने आप शोरूम से अपने सैटिस्फैक्शन होती भी शोरूम लत्ती है, लेकिन चीज़ उही हुंदी है जी। इस करके तुम्हें कहना भी विश्वास से चीज़ा विकदियां हुंदियां ने, चीज़ा बहुत वधिया ने, जिहड़े प्रिंट ने तुसीं देख सकते हो साडे को भरमार लगी हुई है, मैं सारी वरायटी तां नहीं दिखा सकता, इस करके तुम्हें अगली वरायटी शुरू करन लगे। आ लो जी कैमरिक का प्योर कैमरिक का सूट आ, लोग की करते हैं एल तो कट देंगे, एल का मतलब की हुंदा जिवें खोली आप सूट दी तैह तो 5 मीटर कट के देते हैं, लेकिन वह कपड़ा हुंदा 4.5 असी तुहानूं बकायदा मीटर तो नाप के देवांगे कपड़ा, 5 मीटर कपड़ा पूरा देवांगे सिर्फ 300 रुपए रेंज, प्योर कॉटन आ कैमरिक का, कोई इहनूं मतलब कॉटन ना कह दे भी कॉटन नहीं हैगी, उहनूं असी नाम देवांगे चीज़। आम तौर पर वैसे कॉटन का सूट बहुत महंगा हुंदा वा जिहड़ी प्योर कॉटन हुंदी आ? बिल्कुल असी तुहानूं 250 तो स्टार्ट करता, जिवें अगला उस तो भी कहिंदा भी उस तो भी वधिया कपड़ा चाहिए तो 300 रुपए रेंज, साडे कोल हरेक तरह की आइटमां ने, इन्हां च कलर भी मिल जाणगे जिवें देखो चिड़ियां वाला प्रिंट बहुत चल रहा, यही मार्केट के 600 रुपया सेल हो रहा, असी तुहानूं 600 दे दो दे देने ने। प्रिंटिंग आ बहुत प्यारियां प्यारियां ने, गर्लिश प्रिंट आ, लाइट कलर डार्क कलर जिहा जी तुसीं मर्जी वरायटी कहोगे ओह जी थोड़ू मिल जूगी। आ देखो जी अगली आइटम, तुसीं प्रिंटिंग आ देखते देखते थक जाओगे, लेकिन साडे को स्टॉक नहीं खत्म होगा जी, इहदा बहुत सोहणे सोहणे प्रिंट ने, जिन्नी मर्जी क्वांटिटी लै लो। लॉकडाउन करके ना सानियां हुण सारे व्यापार का मंदा चल रहा, तो जो असीं तुहाडी दुकान ते एंटर होई तो बहुत सारे लोगों का रश होया पिया सी, की मेन कारण आ जिहड़े लोग खिचे तुरे आते हैं रितु क्लोथ एंड गारमेंट्स की दुकान ते? सिर्फ एक तो एक कारण है, एक सस्ता और एक वधिया और वरायटी सारी मिलती है। देखो साडे को मोस्टली कस्टमर इस टाइम जिवें मंदे दे दिन चल रहे हैं आप तुसीं कहा ना, लेकिन साडे को इहो कुछ नहीं, साडे को मैरिज वाला कस्टमर भी रैगूलर आ रहा और बेचने वाला कस्टमर भी रैगूलर आ रहा, इस करके साडे को रश है जी। जो ये मतलब कस्टमर साडे को टुट के साडे को वरायटी घटूगी तो खत्म होगी, साडे को वरायटी की कोई कमी नहीं, एक कह लो समुंदर आ, जिन्नी मर्जी क्वांटिटी लै लो जिहो जी मर्जी वरायटी लै लो, सस्ती तो सस्ती वधिया तो वधिया, जिहो जिहा कुछ कहोगे उहो जिहा कुछ मिलेगा तुम्हें। आ लो जी हुण अगली आइटमां दिखाना तुहानूं, मार्केट के 150-150 रुपये मीटर विकदी है जी, टाइगर प्रिंट वाली बहुत ज़्यादा ट्रेंड है इस चीज़ का, प्योर कैमरिक का सूट आ जी, ये सिर्फ तुम्हें पैना 350 रुपये रेंज जी, कलर डिजाइन जिन्ने तुसीं कहोगे उन्ने मिलने जी। आ देखो जी हाँ एक गल होर कहना, जिहड़ियां मेरी भैणां ने काम घरियां कर दियां ने उन्होंने असी रिक्वायरमेंट रखी हुई है, वो साडे को विजिट करके सानूं कहण भी घर काम करते हैं भी सानूं इदां दी वरायटी चाहिए है। आ लो जी बाकी जिहड़े ऑनलाइन काम करते हैं साडा जिहड़ा मिनीमम ऑर्डर होगा 5000 रुपये का होगा जी, वो सानूं वीडियो कॉल कर सकते हैं, साडे नंबर पर कॉल कर सकते हैं, एक सिंगल पीस असी कोरियर नहीं कर सकते जी, सानूं वीडियो कॉल करके अपनी पसंद का सूट पसंद कर सकते हैं और असी उन्होंने कोरियर करांगे, यानी मिनीमम ऑर्डर उन्होंने 5000 का असी एक्सेप्ट करांगे जी, ठीक है जी। बाकी इस दे विच प्रिंटिंग वगैरह कलर वगैरह वाधू ने जी, जिन्नी मर्जी वरायटी देख लो। थोड़ा मेन बिजनेस हैगा होलसेल का, तो जे कोई एक सिंगल सूट लैण लई कस्टमर तुहाडी दुकान ते आंदा कि उन्होंने भी उन्नी ही इंपोर्टेंस दी जाती है जिन्ना होलसेल वाले दी जा रही है? बिल्कुल दी जाती है जी, वो साडी दुकान अगर सिंगल सूट लैना तुहानूं दुकान ते विजिट करना पवेगा, ऑनलाइन करने लई साडे कोल रश हुंदा जी, असीं सिंगल सूट नहीं कोरियर कर सकते क्योंकि उन्ना गले नूं खर्चा पैंदा, चार्जेस पैंदे ने, इस करके असीं मिनीमम ऑर्डर रखिया होया भी 5000 दा तुसीं अपने घर मंगवा सकदे हो, अगर तुसीं बेचण नूं भी लैणा जां तुसीं घर रूटीन वेयर लई भी लैणा सानूं कोई दिक्कत नहीं है, साडे कोल सिंगल सूट लैणा साडी दुकान ते विजिट कर लो सानूं कोई प्रॉब्लम नहीं। आ लो जी अभी चार नंबर आइटम, एक थोनू आइटम निगाह करानी भुल गया सी, जाम का सूट है जी, ये मार्केट दे विच यही सूट 100-100 रुपये मीटर मिलता, मैनू सस्ता मिलिया सीगा, मैं सस्ता बेच रहा जी, मैं सिर्फ सूट देना अपनी भैणों नू सिर्फ 200 रुपये की रेंज, पीस देखो किन्ना प्यारा बहुत सोहना आर्टिकल आ, सिर्फ 200 रुपये की रेंज जी।
ਆ ਲਓ ਜੀ ਪ੍ਰਿੰਟਿੰਗਾਂ ਜਿੰਨੀਆਂ ਮਰਜ਼ੀ ਲਓ ਆਰਟੀਕਲ ਇਸ ਟਾਈਮ ਮੇਰੇ ਕੋਲ ਅਵੇਲੇਬਲ ਹੈਗੇ ਨੇ ਬਹੁਤ ਸਟਾਕ ਆਇਆ ਹੋਇਆ ਇਹਦਾ ਸਿਰਫ 200 ਰੁਪਏ ਰੇਂਜ ਮੈਂ ਤਾਂ ਇਹ ਕਹਿੰਦਾ ਤੁਸੀਂ ਸਸਤਾ ਲੈ ਕੇ ਜਾਂਦੇ ਹੋ ਸਸਤਾ ਵੇਚੋ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਊਗਾ ਦੇਖੋ ਬਾਕੀ ਤਾਂ ਮਿਹਨਤ ਕਰਨੀ ਪੈਂਦੀ ਹੈ ਜੀ ਹੈਨਾ ਜੇ ਆਪਾਂ ਕਹਾਂਗੇ ਵੀ ਆਪਾਂ ਇੱਥੋਂ ਕੱਪੜਾ ਲੈ ਕੇ ਤਾਂ ਆਪਣੇ ਆਪ ਵੀ ਕਿਹਾ ਆਪਣੇ ਆਪ ਨਹੀਂ ਜਿਹੜੀਆਂ ਮੇਰੀਆਂ ਭੈਣਾਂ ਘਰੇ ਕੰਮ ਕਰਦੀਆਂ ਨੇ ਉਹ ਮਿਹਨਤ ਕਰਨਗੇ ਅਸੀਂ ਕਹਿੰਦੇ ਉਹਨਾਂ ਦੀ ਮਿਹਨਤ ਨੂੰ ਵੀ ਭਾਗ ਲੱਗੇ ਹੈਨਾ ਤੁਸੀਂ ਹੁਣੇ ਭੈਣਾਂ ਦੀ ਗੱਲ ਕੀਤੀ ਹੈ ਤੇ ਕਈ ਵਾਰ ਨਾ ਕੁਝ ਜੈਂਟਸ ਹੁੰਦੇ ਨੇ ਅੱਗੇ ਕੰਮ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਹੁੰਦੇ ਨੇ ਲੇਡੀਜ਼ ਨੂੰ ਤਾਂ ਪੂਰੀ ਨੌਲੇਜ ਹੁੰਦੀ ਹੈ ਸੂਟ ਕਿਵੇਂ ਦਾ ਨਹੀਂ ਪਰ ਜਿਹੜੇ ਜੈਂਟਸ ਹੁੰਦੇ ਉਹਨਾਂ ਨੂੰ ਕੱਪੜੇ ਤੱਕ ਬਾਰੇ ਨਹੀਂ ਪਤਾ ਹੁੰਦਾ ਕਿ ਕਿਹੜੇ ਸਟੱਫ ਨੂੰ ਅਸੀਂ ਕਿੱਦਾਂ ਕਹਿ ਕੇ ਵੇਚਣਾ ਉਹਨਾਂ ਨੂੰ ਕਿਵੇਂ ਸਮਝਾਉਂਦੇ ਹੋ ਫਿਰ ਉਹਨਾਂ ਜਦੋਂ ਸਾਡੇ ਕੋਲ ਵਿਜ਼ਿਟ ਕਰਦੇ ਨੇ ਕਈ ਕਸਟਮਰ ਹੈਗੇ ਨੇ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਵੀ ਪਹਿਲਾਂ ਤੁਸੀਂ ਆਹ ਚੀਜ਼ਾਂ ਲੈ ਕੇ ਜਾਓ ਜਿਵੇਂ ਹੁਣ ਗਰਮੀ ਦੇ ਦਿਨਾਂ ਦੇ ਵਿੱਚ ਜ਼ਿਆਦਾਤਰ ਉਹਨਾਂ ਨੂੰ ਪ੍ਰਿੰਟ ਦਿੰਦੇ ਆ ਤੁਸੀਂ ਸਟਾਰਟਿੰਗ ਕਰੋਗੇ ਬਾਕੀ ਜਿਵੇਂ ਜਿਵੇਂ ਤੁਹਾਡਾ ਹੌਸਲਾ ਖੁੱਲੂਗਾ ਕਿਉਂਕਿ ਜੋ ਚੀਜ਼ ਅਸੀਂ ਸਿਖਾਉਣੀ ਆ ਉਹਨਾਂ ਨੇ ਨਹੀਂ ਸਿੱਖਣੀ ਜੋ ਕਸਟਮਰ ਨੇ ਸਿਖਾਉਣੀ ਉਹਨਾਂ ਨੇ ਜ਼ਿਆਦਾ ਸਿੱਖਣੀ ਆ ਜੀ ਕਿਉਂਕਿ ਕਸਟਮਰ ਨੇ ਕੀ ਮੰਗਣਾ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਬਾਕੀ ਸਾਡੀ ਦੁਕਾਨ 'ਤੇ ਵਿਜ਼ਿਟ ਕਰਨ ਅਸੀਂ ਕੱਲੀ ਕੱਲੀ ਚੀਜ਼ ਗਾਈਡ ਵੀ ਕਰਾਂਗੇ ਚੀਜ਼ ਵੀ ਵਧੀਆ ਦੇ ਕੇ ਤੋਰਾਂਗੇ ਔਰ ਉਹ ਅੱਗੇ ਜਾ ਕੇ ਵੀ ਉਹ ਪ੍ਰੋਫਿਟ ਕਮਾ ਸਕਦੇ ਉਸ ਚੀਜ਼ ਤੋਂ ਹਾਂਜੀ ਅਗਲੀ ਆਈਟਮ ਦੋ ਜਿਵੇਂ ਹੁਣ ਅੱਗੇ ਹੁਣ ਰੱਖਣੀਆਂ ਦਾ ਸੀਜ਼ਨ ਆ ਹੋਲਸੇਲਰਾਂ ਨੂੰ ਵੀ ਕੱਪੜਾ ਚਾਹੀਦਾ ਅਸੀਂ ਉਹਨਾਂ ਲਈ ਤਿਆਰੀਆਂ ਕਰਵਾਈਆਂ ਨੇ ਆ ਚੀਜ਼ਾਂ ਸ਼ਾਮ ਨੂੰ ਹੀ 150 ਸੂਟ ਬਣ ਕੇ ਆਇਆ ਹਜੇ ਕੁਆਂਟਿਟੀ ਜਿੰਨੀ ਮਰਜ਼ੀ ਲੈ ਲਿਓ ਜੀ ਮੈਂ ਦੁਬਾਰਾ ਦੁਬਾਰਾ ਕਹਿੰਦਾ ਕੁਆਂਟਿਟੀ ਜਿੰਨੀ ਮਰਜ਼ੀ ਲੈ ਲਿਓ ਜੀ ਸੂਟ ਤੁਸੀਂ ਦੇਖ ਸਕਦੇ ਹੋ ਚਿੜੀਆਂ ਵਾਲਾ ਸੂਟ ਆ ਜੀ ਬਹੁਤ ਪਿਆਰਾ ਇਹਦੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਲੱਗਿਆ ਹੋਇਆ ਜੀ ਬਾਏ ਚਾਂਸ ਜੇ ਕਿਸੇ ਨੇ ਸੂਟ ਚੇਂਜ ਕਰਾਉਣਾ ਹੋਵੇ ਕਿੰਨੇ ਦਿਨਾਂ ਦੇ ਅੰਦਰ ਕਰਵਾ ਸਕਦੇ ਉਹ ਮੇਰੇ ਨਾਲ ਮਤਲਬ ਸੂਟ ਲੈ ਕੇ ਗਿਆ ਸਾਨੂੰ ਚੇਂਜਿੰਗ ਕਰਨ ਦੀ ਕੋਈ ਦਿੱਕਤ ਨਹੀਂ ਉਹਨਾਂ ਉਹ ਕਈ ਵਾਰ ਕੀ ਹੁੰਦਾ ਆਪਾਂ ਰਿਸ਼ਤੇਦਾਰਾਂ ਲਈ ਸੂਟ ਲੈ ਕੇ ਜਾਂਦੇ ਹਾਂ ਉਹਨਾਂ ਨੂੰ ਨਹੀਂ ਪਸੰਦ ਆਉਂਦਾ ਕਿਉਂਕਿ ਹਰੇਕ ਦੀ ਪਸੰਦ ਅਲੱਗ ਅਲੱਗ ਆ ਉਹ ਸਾਡੇ ਕੋਲ ਵਿਜ਼ਿਟ ਕਰਕੇ ਚੇਂਜ ਕਰਵਾ ਸਕਦੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ 15 ਦਿਨ ਨੂੰ 20 ਦਿਨ ਨੂੰ ਜਦੋਂ ਮਰਜ਼ੀ ਆਓ ਹਾਂ ਇੱਕ ਗੱਲ ਹੋਰ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵੀਰ ਘਰੇ ਕੰਮ ਕਰਦੇ ਨੇ ਉਹਨਾਂ ਦਾ 30% ਕੱਪੜਾ ਨਹੀਂ ਵਿਕਦਾ ਕਿਸੇ ਕਾਰਨ ਕਰਕੇ ਜਾਂ ਕਸਟਮਰ ਨਹੀਂ ਪਸੰਦ ਕਰਦਾ ਕਈ ਵਾਰ ਕੀ ਹੁੰਦਾ ਕਸਟਮਰ ਕਹਿੰਦਾ ਨਵਾਂ ਦਿਖਾਓ ਜਾਂ ਦੇਖਿਆ ਹੋਇਆ ਹਨਾ ਉਹ ਸਾਡੇ ਕੋਲ ਚੇਂਜ ਕਰਕੇ ਆਪਣਾ ਨਵਾਂ ਸਟਾਕ ਲਿਜਾ ਸਕਦੇ ਨੇ ਠੀਕ ਹੈ ਜੀ ਇਹ ਤੁਹਾਨੂੰ ਮੈਂ ਆਪਣੇ ਕਸਟਮਰਾਂ ਨੂੰ ਇੰਸ਼ੋਰੈਂਸ ਕਰਕੇ ਦਊਂਗਾ ਜੀ ਜਿਵੇਂ ਆਹ ਸੂਟ ਆ 5 ਮੀਟਰ ਸੂਟ ਚਿੜੀਆਂ ਵਾਲਾ ਔਰ ਮਸਲੀਨ ਕਾਟਨ ਦਾ ਦੁਪੱਟਾ ਲੱਗਿਆ ਹੋਇਆ ਮਾਰਕੀਟ ਦੇ ਵਿੱਚ ਇਹਦਾ ਨੋਰਮਲ ਰੇਟ 850-800 ਰੁਪਏ ਜੀ ਅਸੀਂ ਤੁਹਾਨੂੰ ਸੂਟ ਦੇਣਾ ਸਿਰਫ 400 ਰੁਪਏ ਰੇਂਜ ਜਿੰਨੀ ਮਰਜ਼ੀ ਕੁਆਂਟਿਟੀ ਲੈ ਲਿਓ ਇਹਦੇ ਵਿੱਚ ਡਿਜ਼ਾਈਨ ਬਹੁਤ ਨੇ ਇੱਕ ਡਿਜ਼ਾਈਨ ਨਿਗਾਹ ਕਰਾ ਲਿਆ ਕਿਉਂਕਿ ਟਾਈਮ ਦੀ ਵੀ ਸ਼ੋਰਟੇਜ ਆ ਅਸੀਂ ਕਸਟਮਰ ਵੀ ਅਟੈਂਡ ਕਰਨੇ ਆ ਇਸ ਕਰਕੇ ਜੋ ਹੋ ਰਿਹਾ ਮੈਂ ਜਲਦੀ ਤੋਂ ਜਲਦੀ ਤੁਹਾਡੀ ਨਿਗਾਹ ਕਰਵਾ ਰਿਹਾ ਜੀ ਨਾਲ ਦੀ ਨਾਲ ਅਗਲੀ ਆਈਟਮ ਦਿਓ ਕੀ ਨੰਬਰ ਲਗਾਇਆ ਤੇ ਆ ਲਓ ਜੀ ਜਾਮ ਕਾਟਨ ਦਾ ਸੂਟ ਲਓ ਜੀ ਆਪਾਂ ਇਕੱਲਾ ਕੱਪੜਾ ਲੈਣ ਚੱਲ ਜਾਈਏ ਜਾਮ ਦਾ ਆਪਾਂ ਨੂੰ 100-150 ਰੁਪਏ ਮੀਟਰ ਮਿਲਦਾ ਹਾਂ ਦੇਖੋ ਜੀ ਜਾਮ ਕਾਟਨ ਦਾ ਸੂਟ ਆ ਜੀ ਪੂਰਾ 5 ਮੀਟਰ ਲੈਂਥ ਹੋਊਗੀ ਇਹਦੀ ਨਾਲ ਚਨੌਨ ਦਾ ਦੁਪੱਟਾ ਦੇਣ ਲੈਣ ਨੂੰ ਲੈ ਲਓ ਚਾਹੇ ਆਪਣੇ ਸਵਾਣ ਨੂੰ ਲੈ ਲਓ ਕਿਉਂਕਿ ਹਰੇਕ ਕਸਟਮਰ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੁੰਦੀ ਆ ਜੀ ਨਾਲ ਚਨੌਨ ਦਾ ਦੁਪੱਟਾ ਲੱਗਿਆ ਹੋਇਆ ਕਲਰ ਮਿਲਣਗੇ 4 ਡਿਜ਼ਾਈਨਿੰਗ ਵਾਧੂ ਆ ਜੀ ਰੇਂਜ ਸਿਰਫ ਕੋਈ 1200 ਨਹੀਂ ਕੋਈ 1300 ਨਹੀਂ ਸਿਰਫ 600 ਰੁਪਏ ਦੀ ਰੇਂਜ ਦੇਣਾ ਸੀ ਸਿਰਫ 600 ਰੁਪਏ ਦੀ ਰੇਂਜ ਜਾਮ ਕਾਟਨ ਦਾ ਸੂਟ ਨਾਲ ਚਨੌਨ ਦਾ ਦੁਪੱਟਾ ਜਿੰਨੀ ਮਰਜ਼ੀ ਕੁਆਂਟਿਟੀ ਲੈ ਲਓ ਜਿੰਨੀ ਮਰਜ਼ੀ ਡਿਜ਼ਾਈਨਿੰਗ ਲੈ ਲਓ ਉਹਦੇ ਵਿੱਚ ਵਾਧੂ ਡਿਜ਼ਾਈਨਿੰਗ ਆ ਦੇ ਵਿੱਚ ਜੀ ਅਗਲੀ ਆਈਟਮ ਬਿਲਕੁਲ ਜੀ ਜਿਹੜੇ ਹੁਣ ਵੀਡੀਓ ਲੋਕ ਦੇਖ ਰਹੇ ਨੇ ਉਹਨਾਂ ਦੇ ਮਨ 'ਚ ਨਾ ਕਾਫੀ ਸਾਰੇ ਸਵਾਲ ਹੁੰਦੇ ਨੇ ਵੀ ਅਸੀਂ ਕੰਮ ਸ਼ੁਰੂ ਕਰਨਾ ਸਾਨੂੰ ਪਹਿਲਾਂ ਤਾਂ ਕਸਟਮਰਸ ਦਾ ਰਿਸਪੌਂਸ ਪਤਾ ਲੱਗੇ ਅਤੇ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਜਿਹੜੇ ਹੁਣ ਤਾਂ ਤੁਹਾਡੇ ਕੋਲ ਜਿੰਨੇ ਵੀ ਕਸਟਮਰਸ ਅੱਗੇ ਜੁੜ ਚੁੱਕੇ ਜਿਹੜੇ ਅੱਗੇ ਕੰਮ ਕਰ ਰਹੇ ਨੇ ਕਿਵੇਂ ਕਿਵੇਂ ਦਾ ਰਿਸਪੌਂਸ ਆਇਆ ਤੁਹਾਨੂੰ ਉਹਨਾਂ ਨਾਲੇ ਕਿੰਨੀ ਕਿੰਨੀ ਤਰੱਕੀ ਕਰ ਚੁੱਕੇ ਨੇ ਉਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿਉਂਕਿ ਇੱਕ ਮੇਰੇ ਕੋਲ ਬੰਦਾ ਆਇਆ ਸੀਗਾ ਉਹ ਕਹਿ ਰਿਹਾ ਸੀ ਵੀ ਲੋਕਡਾਊਨ ਕਰਕੇ ਮੇਰਾ ਕੰਮ ਛੁੱਟ ਗਿਆ ਮੇਰੀ 10,000 ਰੁਪਏ ਸੈਲਰੀ ਸੀਗੀ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਮੈਂ ਨਹੀਂ ਨਾਮ ਲੈ ਸਕਦਾ ਉਹ ਮੈਨੂੰ ਚਲੋ ਮੇਰੇ ਨਾਲ ਜੁੜਿਆ ਉਹ ਪਰਮਾਤਮਾ ਨੇ ਉਹਦੇ 'ਤੇ ਜਿਵੇਂ ਮੇਰੇ 'ਤੇ ਕਿਰਪਾ ਕੀਤੀ ਉਹਦੇ 'ਤੇ ਵੀ ਕੀਤੀ ਅੱਜ ਦੀ ਡੇਟ 'ਚ 20,000 ਰੁਪਏ ਮਹੀਨਾ ਕਮਾ ਰਿਹਾ ਮੈਂ ਨਹੀਂ ਕਹਿੰਦਾ ਉਹ 50 ਕਮਾ ਰਿਹਾ ਲੇਕਿਨ ਜੋ ਆਪਣੇ ਮੂੰਹੋਂ ਦੱਸ ਕੇ ਗਿਆ ਵੀ ਮੈਂ 20,000 ਰੁਪਏ ਅੱਜ ਦੀ ਡੇਟ 'ਚ ਵੀ ਮੈਂ ਕਮਾ ਰਿਹਾ ਮੈਂ ਨੌਕਰੀ ਨੂੰ ਜਵਾਬ ਦਿੱਤਾ ਉਹ ਨੌਕਰੀ ਹੀ ਭੁੱਲ ਗਿਆ ਕਿਉਂਕਿ ਕੱਪੜਾ ਇੱਕ ਇਹੋ ਜਿਹੀ ਚੀਜ਼ ਆ ਇਹਨੇ ਖਰਾਬ ਨਹੀਂ ਹੋਣਾ ਕਹਿੰਦੇ ਨਹੀਂ ਹੁੰਦੇ ਬਜਾਜੀ ਦੀ ਇੱਕ ਲੀਰ ਵੀ ਵਿਕ ਜਾਂਦੀ ਹੈ ਜੀ ਐਂਡ ਦੇ ਵਿੱਚ ਪੀਸ ਵੀ ਰਹਿ ਗਿਆ ਨਾ ਅਸੀਂ ਉਹ ਵੀ ਲਾਸਟ ਸੰਡੇ ਨੂੰ ਕੱਟ ਪੀਸ ਅਸੀਂ ਸੇਲ ਲਾ ਦਿੰਦੇ ਵੀ ਆ ਜਾਓ ਜਿਹੜੀ ਮੇਰੀ ਭੈਣ ਨੇ ਵੀਰ ਨੇ ਫਾਇਦਾ ਕਰਕੇ ਹੋਰ ਫਾਇਦਾ ਕਰਕੇ ਲੈਣੀਆਂ ਲੈ ਜਾਓ ਸਾਡੇ ਕੋਲ ਇਹੋ ਜਿਹੀ ਚੀਜ਼ਾਂ ਨੇ ਆਹ ਦੇਖੋ ਜੀ ਜਿਵੇਂ ਆਹ ਸੂਟ ਆ 5 ਮੀਟਰ ਨਾਲ ਇਹਦੇ ਡਿਜੀਟਲ ਦੁਪੱਟਾ ਆਊਗਾ ਚਨੌਨ ਦਾ ਜੀ ਕੱਟ ਵਰਕ ਸਟਾਈਲ ਸਿਰਫ 550 ਰੁਪਏ ਦੀ ਰੇਂਜ ਆ ਜੀ ਮਾਰਕੀਟ ਦੇ ਵਿੱਚ ਆ ਦੁਪੱਟਾ ਦਿਖਾ ਕੇ ਹੀ 1200-1200 ਰੁਪਏ ਰੇਟ ਲੈ ਲੈਂਦੇ ਨੇ ਲੇਕਿਨ ਸਾਡਾ ਰੇਟ ਆ ਜੋ ਜੈਨੂਅਨ ਆ ਲੋਕ ਕੀ ਕਰਦੇ ਨੇ ਨਾ 10 ਤਰ੍ਹਾਂ ਦੇ ਇੱਕ ਸੂਟ ਆ ਗਏ ਕਰੇਂ 'ਚ ਉਹਦੀ ਵਰਾਇਟੀ ਬਣਾ ਲੈਂਦੇ ਨੇ ਵੀ ਇਹ 850 ਦਾ ਵੇਚਣਾ 900 ਦਾ ਵੇਚਣਾ ਜਾਂ ਕਿਸੇ ਸਾਡਾ ਐਸਾ ਕੁਛ ਨਹੀਂ ਅਸੀਂ ਪਰਸੈਂਟੇਜ ਲੈਣੀ ਹੈ ਜੋ ਸਾਡੀ ਰੱਖੀ ਹੋਈ ਆ ਅਸੀਂ ਨੋਰਮਲ ਰੇਟਾਂ ਦੇ ਮਾਲ ਖੇਲਦੇ ਹਾਂ ਆਹ ਲਓ ਜੀ ਇੱਕ ਆ ਵੀ ਤੁਹਾਨੂੰ ਕੋਟੇਡ ਓਰੀਏ ਦੁਪੱਟੇ ਨਾਲ ਦਿਖਾਉਣਾ ਆਈਟਮ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਈਟਮ ਆ ਜੀ ਆਹ ਦੇਖੋ ਜੀ ਡਿਜ਼ਾਈਨਿੰਗ ਆ ਮੈਂ ਨਹੀਂ ਦਿਖਾ ਪਾਊਂਗਾ ਜੀ ਕਿਉਂਕਿ ਟਾਈਮ ਦੀ ਵੀ ਸ਼ੋਰਟੇਜ ਆ ਔਰ ਤੁਹਾਨੂੰ ਵੀ ਪਤਾ ਦੁਕਾਨ 'ਤੇ
मार्केट के घट तो घट चैलेंज ना कहना जी फोटो वाला पीस जो वाला कपड़ा खोल रहा मैं घट तो घट रेट 1300-1400 तो घट नहीं होगा जी। आ लो जी और दुपट्टा लग्या होया प्योर दा इहदे नाल हाईलाइट होया होया पूरा पीस बहुत सोहना पीस आ दुपट्टा प्योर दा जी कोई कमी नहीं सूट दे विच तुहानू रेंज सिर्फ लगनी है 700 रुपए जी 2.5 मीटर दा दुपट्टा लग्या होया जी स्टाइलिश पीस आ इहदे विच कोई लाइट कलर दे स्टफ भी ने जिन्ना कुछ मर्जी लै लियो जी इहदे विच बहुत सारी आइटम आई आ देखो तुहानू एग्जाम्पल दे तौर ते तुसीं इंग्लिश कलर देखणे ने आ लो जी लाइट कलर दे चार्ट प्रिंटिंग बहुत ने डिजाइनिंग बहुत ने ये जिन्ने मर्जी लो तुसीं सिर्फ 700 रुपए की रेंज सूट ने प्योर दुपट्टे नाल और क्वांटिटी के माल विक रहा मेरे कोई एक जिन्हें देन लैन भी लेने ने कोई 10 लै रहा कोई 20 लै रहा जिन्हें बेचण भी लेने ने सैटा सैट लैके जा रहा कोई 10 सैट पा रहा कोई 20 पा रहा क्वांटिटी का माल विक रहा मेरे को कर दे हलो हूँ एक आह चीज़ बहुत चल रही है इस टाइम कटवर्क स्टाइल के जिहड़ी इहदी कैमरिक भी आ लोग की करते हैं ना 20-50 रुपए घटा देंगे ने कैमरिक हल्की ला देंगे ने साड़ी गणपति की कैमरिक लगी हुई है जी कंपनी की मिलमेड कोई लोकल कपड़ा नहीं वरतते असी सूट दी सिर्फ 880 रुपए की रेंज आ जी सूट है आ लो जी बिल्कुल जी 880 की रेंज में थोड़ा दुपट्टे से भी पूरे कटा किते मिलते हैं जिहड़े कि आप बुटीक तो इन्नी महंगी प्राइस से कराने ये कलर डिजाइनिंग बहुत ने जी मेरे को देख देख के थक जाओगे मेरे कोई डिजाइनिंग नहीं खत्म होनी इस चीज़ की आ देखो जी दुपट्टे कंट्रास्ट लै कंट्रास्ट दुपट्टे ने गर्लिश आइटम बहुत वेयर कर रहे हैं लोग और बहुत सोहने सोहने प्रिंट ने ये डिजाइनिंग हर टाइम चेंज होंगी रहती है हर टाइम नवी डिजाइनिंग आऊगी मेरे को जिन्हें मर्जी सूट लै सकते हो तुम खुला ऑफर है चीज़ का क्योंकि क्वांटिटी के चीज़ बिकती है ट्रेंडिंग आइटम और क्वांटिटी के ही सेल है जी जिन्हें मर्जी प्रिंट लो ये लो जी अगली आइटम दो आ लो हूँ मैं सिंगल सिंगल सूट तुम निगाह करवा रहा गर्लिश आइटम जी आ लो जी आ फ्रंट आएगा जी इहदा बहुत सोहनी आइटम है भी आ बाजू ते भी वर्क होया होया तुसीं देख सकते हो और इहदे नाल दुपट्टा होगा चनौन दा प्लेन दुपट्टा गर्लिश आइटम रेंज सिर्फ 800 रुपए की रेंज जी सूट तुसीं चैक कर लो जी बाजू ते भी वर्क आ जी गले ते भी कढ़ाई है हैंडवर्क का काम होया होया चनौन का दुपट्टा लग्या होया सिर्फ 800 रुपए की रेंज है जी गर्लिश आइटम इस दे विच डिजाइनिंग तुहानू बहुत मिल जूगी आ देखो जी अगली आइटम उहदे विच दूसरा कलर जिहड़ा मैं आर्टिकल दिखाया सीगा सेम दे विच दूजा कलर भी मिल जू कलर भी वगैरह मिल जाएगा तुहानू सब कुछ मिलेगा इस चीज़ आ लो जी अगे गर्लिश आइटम भी बहुत आईया हुई ने चिकन के उत्ते सारा ही सीकुएंस का काम होया होया बहुत वधिया और दुपट्टा लग्या होया मल कॉटन का सारिया गर्लिश आइटम ने जी सिर्फ 850 रुपए की रेंज जी कलर भी मिलेंगे ये डिजाइनिंग भी मिलनगियाँ जिनी मर्जी क्वांटिटी लै लो इस भी मेरे को हूँ अगे की डिमांड होंगी लोगों की फुलकारी जिमें बहुत मंग रहे हैं फुलकारी दिखाओ आ लो जी पहले दूई दिखाओ सस्ती हाँ मार्केट के यही फुलकारी का जोड़ा रेट आ तुसी सुन के हैरान रह जाओगे 1200-1200 की या 1000-1000 रुपए की फुलकारी बिक्री है इनू बाग कह लो बहुत सोहना कपड़ा देखो जी जोड़ा साडा रेट आ सिर्फ 380 रुपए की रेंज आ जी पूरी बाग फुलकारी 380 रुपए की रेंज जी जिनी मर्जी क्वांटिटी लो ये जे किसी गाहक नूं मिरर वाली चाहिए आ मिरर वाली भी मिलेगी आ लो 430 रुपए की रेंज मिरर फुलकारी जी तुसी चैक कर सकते हो मिरर फुलकारी है 430 रुपए की रेंज मार्केट से लैन चल जाओगे थोड़ू 1000-1200 तो घट नहीं मिलनी एक आह चीज़ देखो जी फुलकारियों के भी घट तो घट साढ़े को 20-25 डिजाइन मिलेंगे थोड़ी आ लो जी जी फुलकारी का रेट आ मार्केट के 1500 कोई 1800 कोई 1700 इदा दे रहा लेकिन जी सा दुकान का रेट आ वो थोड़ा सिर्फ 490 रुपए की रेंज मिलनी है जी कोई सिंगल फुलकारी भी लेना चाहे तो उन्होंने भी इन्ना रेट लगेगा बिल्कुल लेकिन उन्होंने दुकान पर विजिट करनी पैनी है जी ऑनलाइन कोरियर नहीं होगी 5000 तो घट ऑर्डर की ऑनलाइन कोरियर करांगे बाकी जिन्हें सिंगल पीस लेना दुकान पर विजिट कर सकता जी बहुत सारे कमेंट्स आए होंगे वीडियो के थले उ लोगों ने लिखा होंगे भी ये सिर्फ होलसेल वालों इन्ने सस्ते रेट देंगे जो कोई सिंगल कस्टमर आए तो उन्होंने इन्ना रेट नहीं दिता जाएगा दुकान पर विजिट करो चाहे सिंगल सूट लो चाहे चार लो थोड़ा एक रेट ही लगेगा साड़ी दुकान का रेट ही एक फिक्स प्राइस शॉप आ जी जो मर्जी जो चाहे बच्चे भी भेज दोगे उन्होंने भी यही रेट लगा देवे आ लो जी हूँ डिजाइनर लुक की भी आइटम ना दिखावे हो नहीं सकता।
सारा ब्लॉक पेंट के उत्ते काम होया हो, बाजू भी बने हुए हैं, सारा फ्रंट भी है वधिया बनया होया, और दुपट्टा भी है जिहड़ा बहुत स्टाइलिश लग्या होया कॉटन का। रेंज आऊगी सिर्फ 1180 रुपए की रेंज। कलर मिलने सोलो सोलो आर्टिकल ने। कलर ये तुम मिलने ग्रे, देख सकते हो वाइट कलर का सूट है, वो भी प्योर कॉटन का, नाले प्रिंट भी किया हुआ है, पेंटिंग भी ये नाल दी नाल सिर्फ 1180 दे विच मिल रहा है। देखो जी मार्केट प्राइस है 1680 रुपए का, साड़ी दुकान का प्राइस है 1180 रुपए की रेंज है। बाकी क्वांटिटी जिनी मर्जी लो। एक आ गर्ली आइटम का बहुत ज़्यादा ट्रेंड है, तुम्हें मैं दिखाना, सैलीब्रिटी पीस है जी। आ लो जी प्योर मसलीन के उत्ते डांसिंग डोल बनी हुई है बहुत प्यारी, नाले दे बॉटम आएगी जी, और ऑर्गेंजा दा आएगा, ओरिजिनल दुपट्टा। दुपट्टे दे उपर भी डांसिंग डोल बनी हुई है जी। 1180 रुपए की रेंज है जी ये भी सूट। कलर मिलेंगे दे विच चार। सर गर्मियां दा सीजन चल रहा है ते मैं इत्थे देख रही सी कि सिल्क दे भी बहुत सूट पए हुए ने, पर लोग तो ज़्यादातर कॉटन दे प्रेफर कर रहे हैं। मैडम साढ़े को मैरिज का सीजन भी जिम्मे कह लो, लोग कह रहे हैं हजे नहीं है, लेकिन साढ़े को मैरिज का कस्टमर भी रैगूलर आ, उन्होंने डिमांड पहली यही होंगी भी सिल्क का सूट लेना। हूँ जिन्होंने अक्तूबर जाकर नवंबर जाकर मैरिज करनी, उन्होंने हूँ तो ही तैयारी करने लग जाते हैं। इस करके सू स्टॉक हर टाइम रेडी रखना पैंता, जिम्मे कह रहे हमने स्टॉक आया है, बाहर जो नग पे ने उन्होंने भी सिल्क ही आई हुई है, क्योंकि साढ़े को डिमांड है इस चीज़। हालो पल्ला भी बहुत सोहना बनया हुआ है, हैवी पल्ला, हैंडवर्क का काम होया, गला भी बनया हुआ, बहुत प्यारी आइटम है जी ये भी, और कंट्रास्ट दुपट्टा आएगा जी, तो चेक कर सकते हो प्लीज। मार्केट प्राइस घट तो घट जी ये 1880 1900 इदा ही बिक रहा, लेकिन जो सा रितु क्लॉथ है उसने गारमेंट्स का प्राइस है सिर्फ 1380 रुपए की रेंज है। यही नहीं है पर ना लोग वीडियो देख के सूट पसंद कर लेने, उन्होंने वधिया लगते हैं, तो फिर उन्होंने तुम होम डिलीवरी करते हो। मैडम जल्दी जो डिजाइन पसंद आ जल्दी तो जल्दी तुम अपनी सिलेक्ट करके, जिम्मे अभी वीडियो पैंती है तुम 5-4 दिन 7 दिन 10 दिन पसंद करके उन्होंने मंगवा सकते हो। हाँ कई बार की होंगे कस्टमर ना पुरानी वीडियो 2-3 महीने पुरानी कढ़ लैंदा, अवेलेबिलिटी नहीं होंगी चीज़ की है ना, इस वो क्योंकि डिजाइनिंग बदलती रहती है जी, जिन मैं पहले भी कलर रिपीट करके हटे हाँ। बाकी जिन्होंने जल्दी तो जल्दी चाहिए जल्दी से जल्दी मंगवा सकता जी। आ लो जी ਇਹ ਨਹੀਂ ਹੈ ਅਸੀਂ ਡਿਜ਼ਾਈਨ ਭਾਰ ਆ ਗਿਆ ਉਹਦਾ ਰੇਟ ਵਧਾ ਦੇਣਾ, ਸਾਨੂੰ ਉਹਦੇ ਵਿੱਚ ਆਇਆ 1380 ਰੁਪਏ ਦਾ ਹੀ ਦੇਣਾ ਹੈ, ਸਾਡਾ ਅਸੂਲ ਦੁਕਾਨਦਾਰੀ ਦਾ ਇਹ ਆ। ਕਿਉਂਕਿ ਨੀਚੇ ਤੁਸੀਂ ਮੋਰ ਬਣੇ ਹੋਏ ਵੀ ਦੇਖ ਸਕਦੇ ਹੋ, ਪਹਿਲਾਂ ਪਾਈਆਂ ਹੋਈਆਂ ਨੇ ਮੋਰਾਂ ਨੇ ਬਹੁਤ ਸੋਹਣੀਆਂ, ਔਰ ਦੁਪੱਟਾ ਵੀ ਬਹੁਤ ਵਧੀਆ ਕੱਟ ਵਰਕ ਦਾ ਪਿਓਰ ਦਾ ਦੁਪੱਟਾ, ਔਰ ਦੁਪੱਟੇ 'ਤੇ ਵੀ ਮੋਰ ਬਣੇ ਹੋਏ ਆ। ਕਲਰ ਹਰੇਕ ਦੇ ਵਿੱਚ 4-4, 5-5 ਮਿਲਣਗੇ ਤੁਹਾਨੂੰ। ਆ ਲਓ ਜੀ ਤੁਹਾਨੂੰ ਜਿਹੜੀ ਡਿਜ਼ਾਈਨਿੰਗ ਨਿਗਾਹ ਕਰਾਊਂਗਾ ਇਹਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗ ਆਈਆਂ ਹੋਈਆਂ ਨੇ ਸਾਡੇ ਕੋਲ। ਆ ਲਓ ਜੀ और हैवी डिजाइनिंग ने सारिया सारे ना फुल प्योर दुपट्टे लगे हुए हैं। एक एक थोड़ा मैं होर आइटम दिखाना, क्योंकि साढ़े को कई बार फायदे वाली भी आइटम बहुत आदि ने जी। एक 850 रुपए की रेंज पाड़े सिल्क का सूट आया दो पिछे पे थोड़े को, आ देखो जी बहुत ही ज़्यादा प्यारी आइटम है जी। बाजार के रेट 2,2500 रुपया जी, ठीक है जी। दुकान पर किन्ना 850 रुपये जी, हैंडवर्क का तुम चैक कर सकते हो, हैंडवर्क का काम होया, चनौन का दुपट्टा लग्या 2.5 मीटर का जी, 2.5 का दुपट्टा सिर्फ 850 रुपए की रेंज आ। कलर ये सिंगल आ, डिजाइनिंग वक्खो वक्खरी ने सोलो आइटम, और एके की जी है पाड़ा सिल्क भी एके की लगी हुई है, नहीं हल्की लगी हुई है जी। साढ़े को हरेक तरह की आइटम मिलेगी तुम्हें। आ लो जिमें एग्जाम्पल के तौर पर देखो 4-4 कलर होंगे ने जी, आ देखो गला भी बहुत सोहना बनया हुआ, पल्ला भी बहुत प्यारा, और दुपट्टा ये जो किसी ने कंट्रास्ट नहीं पसंद करता और नाल दुपट्टा पसंद करता उन्होंने नाल का दुपट्टा भी मिलेगा जी। 1380 रुपए की रेंज है जी, साढ़े को हर टाइम ये चीज़ें अवेलेबल होंदिया ने जी, डिजाइनिंग ये बहुत आ रही ने। बाकी जी पाड़ा सिल्क की रेंज है साढ़े को 1,080 रुपए तो शुरू हो जाती, जी ओरिजिनल पाड़ा सिल्क। धुप ज़्यादा पैण करके ना कुड़ियों ने एक्टिव अपने जॉब वेयर से जाना होंगे, उन्होंने फेस कवर करने की लड़ पैंती है, तो उन्होंने डिमांड होंगी कॉटन की चुनिया की, तो थोड़े को नवी नवी कि आई ने कॉटन चुनिया। मैं मैडम जी कॉटन की चुनी है वो रिटेल के नहीं सेल करता, वो सिर्फ ओनली होलसेल से ही सेल कर रहे हैं जी। आ देखो जी कॉटन की एक तो हूँ जिम्मे कह रहे कुड़ियाँ वो मफलर हों छोटा हों, जी साड़ी चुनी होगी पूरी साइज़ की होगी, जिमें लेडीज़ जिमें घर वेयर करने लेंदियां ने, बहुत वधिया आर्टिकल ने। आ देखो ये असी 5 पीस का पैकेट है, कोई 10 पीस का पैकेट है, असी पैकेट टू पैकेट ही दे रहे हैं, ठीक है जी। जी यदि रेंज रहेगी 70 रुपए की रेंज है जी, मतलब 100 रुपए की चुनी सेल होंगी है जी,
और 70 रुपए की थोड़ी पैनी है। कह लो जिम्मे आप लेडीज़ घर काम कर दी, उन्होंने 10 चुनिया भी रख लिया, अगर उन्हें 4-5 भी बिकती उन्होंने दिन का खर्चा निकल रहा चीज़ें। बाई चांस जो कोई कस्टमर आंदा वा सिंगल दुपट्टा लैन, अगर उन्होंने थोड़े को पूरा पैकेट भी आके लेना हो तो ले सकते हैं? ले सकता जी, बिल्कुल लै सकता, साढ़े कोई दिक्कत नहीं है, पूरा पैकेट कहूगा पूरा पैकेट भी मिलेगा। और एक तुम मैंने स्टार्टिंग गल कही थी भी अपने भाइयों वास्ते की कर रहे हो, क्योंकि मैं काफ़ी डिमांड आ रही थी कि लोग ब्रांड का नाम लैके बड़िया बड़िया कंपनियों का नाम लैके ना कुर्ते पजामे के कोई 1500 का बेच रहा, कोई 2000 का बेच रहा, कोई 3000 का बेच रहा, उसे ब्रांडेड चीज़ लैके आओ। इस करके मैं अपने वाइट कुर्ता पजामा लैके अपने भाइयों वास्ते जी, जिहड़ा कुर्ता पजामा ओरिजिनल OCM दा जी। हुण जे तुसीं ब्रांड दी गल कहीए, ब्रांड दे नाल आपणा रेट भी वध लग जांदा वा उहदे विच? मैं तुहानूं उही घट रेट दे देणा, तां ही तां मैडम मैं तुहानूं देखो किसे गल करके राश है जी, OCM दा ओरिजिनल कुर्ता पजामा तुसीं कन्नी ते भी पढ़ सकदे हो, कोई इहनूं डुप्लीकेट साबित कर देवे, मेरे कोल 2 लाख रुपए दा नाम लै जावे आके जी, मैं तुहानूं इह वी चैलेंज करके भेज रहा भी लोकां ने कहना भी इहना सस्ता भेज रहा तां डुप्लीकेट होऊगा। मैं भी नाल कह रहा भी जिहड़े मेरे वीर नूं 2 लाख रुपए भी चाहीदा उह डुप्लीकेट साबित करके अपना नाम लै जावे, कुर्ता पजामा मैं रख लूँ 2 लाख तुसीं रख लियो। जिहड़ा तुहानूं इहदी रेंज पैणी सिर्फ 650 रुपए की रेंज दूंगा कुर्ता पजामा, जिहड़ा बाजार दे विच 1500-1500 2-2000 रुपए का विक रहा जी, चिट्टा रंग जिन्नी मर्जी क्वांटिटी लै लो इहदे विच मेरे कोल। बाकी होर भी इस तो इलावा रंग का साढ़े को 150 रुपए का कुर्ता पजामा स्टार्ट हो जाता, पग्गा वगैरह सारा कुछ साढ़े को अवेलेबल आ, जो चीज़ तुम्हें चाहिए तुम विजिट कर सकते हो अपनी मैरिज वास्ते अपनी दुकान वास्ते, जिम्मे भी कपड़ा चाहिए उन्होंने मिलेगा। असं उम्मीद करते हैं भी तरुण जी वालों जो भी सूट दिखाए गए थोड़ा बहुत पसंद आए होंगे, तो जिन्हें भी करनी हूँ त्यौहारों की शॉपिंग हमने पहुँचो रितु क्लोथ एंड गारमेंट्स की दुकान पर। कैमरामैन अमित खन्ना के नाल मैं हाँ रमनप्रीत कौर, रंगला TV।